ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ। ਅਤੇ ਆਪਾਂ ਹੈਗੇ ਮਨੀਕਰਨ ਸਾਹਿਬ ਇਸ ਟਾਈਮ, ਅਤੇ ਸੁੱਤੇ ਉੱਠੇ ਹਾਂ ਹਜੇ, ਅਤੇ ਬਹੁਤ ਹੀ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ, ਬਹੁਤ ਵਧੀਆ ਮੌਸਮ। ਠੰਡ ਥੋੜ੍ਹੀ ਜਿਹੀ ਹੈਗੀ ਆ, ਬਾਹਲੀ ਨਹੀਂ, ਠੀਕ ਆ। ਅਤੇ ਹਜੇ ਸਨੋਫਾਲ ਜਾਂ ਕੁਛ ਕਹਿਣਗੇ, ਹਜੇ ਦੱਸਦੇ ਆ, ਕਹਿੰਦੇ ਆ 15 ਕੁ ਦਿਨ ਬਾਅਦ ਸਾਰਾ ਕੁਛ ਇੱਥੇ ਬਦਲ ਜਾਣਾ, ਵਾਈਟ ਵਾਈਟ ਹੀ ਹੋ ਜਾਣਾ ਸਭ ਕੁਛ। ਤੁਸੀਂ ਨਜ਼ਾਰੇ ਦੇਖੋ, ਲਓ ਮਿੱਤਰੋ ਸਵੇਰੇ ਸਵੇਰੇ ਕੁਛ ਨਦੀ ਦਾ ਹੈਗਾ ਕੁਛ ਇੱਦਾਂ ਦਾ ਵਿਊ ਦੇਖੋ। ਠੰਡ ਬਹੁਤ ਹੈ, ਹੱਥ ਸੁੰਨ ਹੋ ਗਏ ਆ, ਵੀਡੀਓ ਬਣਾਉਣੀ ਔਖੀ ਹੋਣ ਦੀ ਆ। ਅਤੇ ਦੇਖਦੇ ਹਾਂ ਮਨਾਲੀ ਸਾਈਡ ਜਾਂਦੇ ਹਾਂ ਕਿ ਵਾਪਸ ਵੀ ਅਸੀਂ ਜਾਂਦੇ ਹੋਏ ਸਰਹੰਦ ਵੀ ਮੱਥਾ ਟੇਕਣਾ ਆ, ਅਤੇ ਇੱਥੇ ਲਾਗੇ ਬੰਨੇ ਜਾਂਦੇ, ਹੁਣ ਲਾਗੇ ਬੰਨੇ ਆਏ ਹਾਂ ਘੁੰਮ ਜਾਈਏ, ਅਤੇ ਦੇਖਦੇ ਹਾਂ ਬਾਕੀ ਹਿਸਾਬ ਕਿਤਾਬ, ਕਿਉਂਕਿ ਮਨਾਲੀ 'ਚ ਵੀ ਦੱਸਣ ਦੇ ਆ ਬਰਫ ਬੁਰਫ ਹੈ ਨਹੀਂ ਗੀ, ਤਾਂ ਕਰਕੇ ਫਿਰ ਹੁਣ ਪਲੈਨ 'ਚ ਕੁਛ ਚੇਂਜ ਕਰਨਾ ਪੈਣਾ ਆਪਾਂ ਨੂੰ, ਤਾਂ ਫਿਰ ਦੇਖਦੇ ਹਾਂ। ਅਤੇ ਪਿਛਲੇ ਵਲੋਗ ਤੁਸੀਂ ਮਿੱਤਰੋ ਦੇਖ ਲਏ ਹੋਣੇ ਆ, ਅਤੇ ਜੇ ਦੇਖੇ ਆ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵਧੀਆ ਲੱਗੇ ਆ। ਇੱਥੇ ਤੱਕ ਆਏ ਆ ਜੇ ਤੁਸੀਂ ਇਸ ਵੀਡੀਓ ਤੱਕ, ਅਤੇ ਇੱਦਾਂ ਅੱਗੇ ਅੱਗੇ ਵੀਡੀਓ ਬਣਾਉਂਦੇ ਰਹਾਂਗੇ ਵਧੀਆ ਵਧੀਆ, ਨਾਲ ਘੁੰਮਾ ਫਿਰਾਂਗੇ, ਆਪਦਾ ਸ਼ੌਂਕ ਪੂਰਾ ਕਰਾਂਗੇ, ਅਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂ ਤੂੰ ਇੱਦਾਂ ਕਹਿਣਾ, ਠੰਡ ਆ, ਠੰਡ ਬਹੁਤ ਆ ਕਹਿੰਦਾ, ਪਤਾ ਨਹੀਂ ਲੱਗਦਾ। ਉਹ ਦੇਖੋ ਆਪਣੇ ਬੰਦੇ ਕਿੱਥੇ ਗਏ ਹੋਏ ਆ, ਦੂਸਰੇ ਬੰਦੇ ਉਹ, ਅਤੇ ਮੋਟਰਸਾਈਕਲ ਅੱਜ ਪੂਰੀ ਠੰਡ ਮੰਨਣਗੇ, ਕਿਉਂਕਿ ਅੱਜ ਉਹ ਦੇਖੋ ਉਹ ਲਾਏ ਹੋਏ ਆ ਮੋਟਰਸਾਈਕਲ, ਅਤੇ ਉੱਥੇ ਸਿੱਧੀ ਹਵਾ ਪੈਂਦੀ ਆ ਉੱਥੋਂ ਪਹਾੜਾਂ ਤੋਂ, ਅਤੇ ਠੰਡ ਮੰਨਣਗੇ ਪੂਰੀ। ਲਓ ਮਿੱਤਰੋ ਕੱਪੜੇ ਕੁੱਪੜੇ ਪਾ ਲਏ ਆ, ਰੈਡੀ ਹੋ ਗਏ ਐਨ, ਅਤੇ ਜਾਣਾ ਕਿੱਥੇ ਆ ਕੋਈ ਪਤਾ ਨਹੀਂ, ਰਾਹ 'ਚ ਪੁੱਛਦੇ ਹਾਂ, ਜੇ ਮਨਾਲੀ ਸਾਈਡ ਸਨੋਅ ਵਗੈਰਾ ਹੋਈ ਵਧੀਆ ਹੋਇਆ ਮੌਸਮ ਤਾਂ ਫਿਰ ਉੱਧਰ ਨੂੰ ਚੱਲ ਜਾਣਾ ਆ, ਜੇ ਨਾ ਹੋਇਆ ਲੋਕਾਂ ਤੋਂ ਇਹ ਪਤਾ ਲੱਗਾ ਵੀ ਹੈ ਨਹੀਂ ਗਾ ਕੁਛ ਉੱਧਰ, ਅਤੇ ਫਿਰ ਆਪਾਂ ਫਤਿਹਗੜ੍ਹ ਸਾਹਿਬ ਵੱਲ ਨੂੰ ਸਰਹੰਦ ਵੱਲ ਨੂੰ ਉੱਧਰ ਨੂੰ ਨਿਕਲ ਜਾਣਾ ਆ, ਅਤੇ
ਬਾਕੀ ਚਲੋ ਦੇਖਦੇ ਹਾਂ। ਡਰੋਨ ਸ਼ੋਟਸ ਤੁਸੀਂ ਕੀਤੇ ਹੋਣੇ, ਇੰਜੋਏ ਵਧੀਆ। ਥੋੜ੍ਹੀ ਧੁੱਪ ਵੀ ਨਿਕਲ ਆਈ ਆ ਮਾੜੀ ਮਾੜੀ, ਅਤੇ ਮੌਸਮ ਬਹੁਤ ਠੰਡਾ ਹਜੇ। ਲਓ ਵੀ ਮਿੱਤਰੋ, ਸਾਹ ਚੜ ਗਿਆ। ਚੌਥੀ ਪੰਜਵੀਂ ਮੰਜ਼ਿਲ 'ਤੇ ਆਪਣੇ ਲਾਏ ਹੋਏ ਆ ਮੋਟਰਸਾਈਕਲ ਉਹ ਸਾਹਮਣੇ, ਅਤੇ ਹੁਣ ਪਿੰਡ ਨੂੰ ਚੱਲਦੇ ਹਾਂ। ਪਿੰਡ ਨੂੰ ਕਹੀ ਜਾਂਦਾ, ਕਿਸੇ ਹੋਰ ਬੰਨੇ ਚੱਲਦੇ ਹਾਂ, ਫਿਰ ਪਿੰਡ ਨੂੰ ਦੇਖਾਂਗੇ ਬਾਅਦ 'ਚ। ਲਓ ਮਿੱਤਰੋ, ਪਹਿਲੀ ਸੈਲਫ 'ਤੇ ਸਟਾਰਟ ਹੋ ਗਿਆ ਜਾਮਾ, ਅਤੇ ਨਜ਼ਾਰੇ ਦੇਖੋ ਕੁਛ ਇੱਦਾਂ ਦੇ ਆ। ਸਵੇਰੇ ਸਵੇਰੇ ਨਾ ਪੋਲਿਊਸ਼ਨ ਆ ਨਾ ਕੁਛ, ਅਤੇ ਵਧੀਆ ਮੌਸਮ ਬਹੁਤ, ਨਾ ਘੱਟਾ ਮਿੱਟੀ ਆ। ਅੱਗਾਂ ਲੱਭ ਹੀ ਲੈਂਦੇ ਰਾਜ, ਅਤੇ ਚਾਹ ਪੀਂਦੇ ਹਾਂ ਇੱਥੇ, ਅਤੇ ਨਾਲ ਕੁਛ ਦੇਖਦੇ ਹਾਂ ਜੇ ਖਾਣ ਪੀਣ ਨੂੰ ਹੋਇਆ ਤਾਂ, ਅਤੇ ਬਹਿ ਕੇ ਨਜ਼ਾਰੇ ਲੈਂਦੇ ਹਾਂ ਥੋੜ੍ਹਾ ਟਾਈਮ। ਹਜੇ ਆਏ ਹਾਂ ਅਸੀਂ, 20 ਕੁ ਕਿਲੋਮੀਟਰ ਆ ਗਏ ਹੁਣੇ ਆਪਾਂ, ਜ਼ਿਆਦਾ ਆ ਗਏ ਹੁਣੇ, 20-25 ਕਿਲੋਮੀਟਰ ਬਹਿ ਕੇ ਅੱਗ ਉੱਗ ਫੇਕ ਰਿਹਾ। ਲਓ ਮਿੱਤਰੋ, ਕਹਿੰਦੇ ਹੁੰਦੇ ਮਿੱਠਾ, ਹਾਂਜੀ ਠੀਕ ਠੀਕ, ਅਤੇ ਪਹਾੜਾਂ ਦੀ ਮੈਗੀ ਕਹਿੰਦੇ ਹੁੰਦੇ, ਬਹਿ ਕੇ ਧੁੰਦ ਦੇ ਵਿੱਚ ਖਾਵੋ, ਨਜ਼ਾਰੇ ਲਵੋ, ਅਤੇ ਮੈਗੀ ਔਡਰ ਕਰਤੀ ਆਪਾਂ। ਲਓ ਮਿੱਤਰੋ, ਪਹਾੜਾਂ 'ਚ ਬਹਿ ਕੇ ਮੈਗੀ ਦੇ ਮਜ਼ੇ ਜਿਹੜੇ ਆ ਨਾ ਉਹ ਅੱਡ ਹੀ ਆ, ਫੂਕਾਂ ਮਾਰ ਮਾਰ ਖਾਣ ਦੀ ਜਾਂਦਾ। ਲਓ ਮਿੱਤਰੋ, ਖਾ ਪੀ ਲਿਆ, ਤਾਂ ਅੰਕਲ ਨੇ ਕੀਤੀ ਫੁੱਲ ਸੇਵਾ, ਅਤੇ ਇੱਧਰ ਸ਼ੁਰੂ ਬੈਠਾ, ਅਤੇ ਚੱਲੇ ਹਾਂ ਜੀ ਹੁਣ ਫੇਰ ਅੱਗੇ ਦੇ ਸਫ਼ਰ 'ਤੇ। ਹਾਂਜੀ ਹਾਂਜੀ, ਕੋਈ ਨਹੀਂ ਕੋਈ ਨਹੀਂ, ਇੱਥੇ ਬੋਲ ਲੱਗਾ, ਇੱਥੇ ਆ ਕੇ ਮੈਗੀ ਖਾਓ ਜੀ, ਬਹੁਤ ਵਧੀਆ ਅੰਕਲ ਨੇ ਬਣਾਈ। ਲਓ ਮਿੱਤਰੋ, ਪਲੈਨ ਬਣ ਗਿਆ ਮਨਾਲੀ ਦਾ,
ਰਾਹ ਤਾਂ ਸਾਨੂੰ ਪਤਾ ਨਹੀਂ ਕਿੱਥੇ ਜਾਣਾ, ਪਰ ਰਾਹ ਦੇ ਵਿੱਚ ਪੁੱਛਿਆ ਮਨਾਲੀ, ਕਹਿੰਦੇ ਮੌਸਮ ਹੈਗਾ ਖਰਾਬ, ਸਨੋਫਾਲ ਹੋ ਸਕਦੀ ਆ, ਅਤੇ ਆਪਾਂ ਤਾਂ ਕਰਕੇ ਮਨਾਲੀ ਨੂੰ ਚੱਲੇ ਹਾਂ ਅਤੇ ਦੇਖਦੇ ਹਾਂ ਸਨੋਫਾਲ ਜੇ ਉੱਥੇ ਲਾਪੀ ਤਾਂ ਬਹੁਤ ਨਜ਼ਾਰੇ ਆਉਣਗੇ। ਹਾਂਜੀ ਕਿੱਦਾਂ ਚੱਲ ਰਿਹਾ ਸਫ਼ਰ? ਮੂੰਹ ਸੈਲਵੇਟ ਕੇ ਵਧੀਆ ਕੀਤਾ, ਗੱਡੀਆਂ 'ਤੇ ਨਹੀਂ ਆਏ, ਆਏ ਤਾਂ ਅੱਗੇ ਪਤਾ ਲੱਗਣਾ ਰਸ਼ ਬਹੁਤ, ਮੋਟਰਸਾਈਕਲ ਲੰਘੀ ਜਾਣੇ। ਮਿੱਤਰੋ ਮਨਾਲੀ ਪਹੁੰਚ ਗਏ ਹਾਂ, ਇੱਥੇ ਤਾਂ ਕੁਛ ਵੀ ਹਾਲ ਨਹੀਂ, ਕੋਈ ਸਨੋਅ ਨਹੀਂ, ਇੱਧਰ ਨੂੰ ਮਾੜੀ ਸਾਈਡ 'ਤੇ ਆ ਅਟਲ ਟਨਲ, ਕਹਿੰਦੇ ਕ੍ਰੋਸ ਕਰਨੀ ਪੈਣੀ ਫੇਰ ਸਨੋਅ ਮਿਲਣੀ ਆ, ਦੇਖਦੇ ਹਾਂ ਹੁਣ। ਲਓ ਮਿੱਤਰੋ ਮਨਾਲੀ 'ਚ ਤਾਂ ਬਰਫ਼ ਮਿਲੀ ਨਹੀਂ, ਸਾਹਮਣੇ ਪਿੱਛੇ ਪਹਾੜਾਂ 'ਤੇ ਹੈਗੀ ਆ ਅਤੇ ਅਟਲ ਟਨਲ ਕ੍ਰੋਸ ਕਰਨੀ ਪੈਣੀ ਆ, ਤਾਂ ਉਦੋਂ ਗਾਂ ਬਰਫ਼ ਹੀ ਬਰਫ਼ ਆ। ਇੱਥੋਂ 35 ਕਿਲੋਮੀਟਰ ਆ, ਸੋਚਿਆ ਚਲੋ ਕ੍ਰੋਸ ਕਰ ਹੀ ਲੈਂਦੇ ਹਾਂ, ਅਤੇ ਹੋਰ ਅੱਧੇ ਘੰਟੇ ਘੰਟੇ ਦਾ ਰਾਹ ਆ, ਇੰਨੀ ਦੂਰ ਆਏ ਹਾਂ ਅਤੇ ਸਨੋਅ ਦੇਖ ਹੀ ਜਾਂਦੇ ਹਾਂ। ਥੋੜ੍ਹਾ ਇਹਦਾ ਕਲੱਚ ਟਾਈਟ ਕਰਾਉਣਾ ਆ ਅਤੇ ਹੋਰ ਕਿਤੇ ਦੇਖ ਲੈਂਦੇ ਚੱਲ। ਉਹ ਸਾਹਮਣੇ ਸਨੋਅ ਆ, ਉੱਥੇ ਚੱਲੇ ਹਾਂ। ਲਓ ਮਿੱਤਰੋ ਇਹਦੀ ਕਲੱਚ ਵਾਇਰ ਪਵਾ ਲਈਏ, ਸਾਹਮਣੇ ਨਜ਼ਾਰੇ ਦੇਖੋ। ਅਟਲ ਟਨਲ ਹੈਗੀ ਆ, ਇੱਥੋਂ 20 ਕਿਲੋਮੀਟਰ ਹੈਗੀ ਆ, ਬਸ ਪਹੁੰਚ ਚੱਲੇ ਆ। Thank you.
ਮਿੱਤਰੋ ਆ ਗਏ ਹਾਂ ਆਪਾਂ ਅੱਡਾ ਟਨਲ ਦੇ ਲਾਗੇ, ਪਿੱਛੇ ਵਿਊ ਦੇਖ ਸਕਦੇ ਹਾਂ ਤੁਸੀਂ ਪੂਰਾ ਮਜ਼ੇਦਾਰ। ਚਾਹ ਪੀਣ ਦੇ ਹਾਂ ਆਪਾਂ, ਮਿੱਤਰੋ ਅੱਡਾ ਟਨਲ ਆ ਗਈ ਆ ਅਤੇ ਕਰਦੇ ਹਾਂ ਐਂਟਰੀ। ਅਤੇ ਇਹਦੇ ਪਿੱਛੇ ਜੰਨਤ ਹੀ ਆ, ਬਰਫ ਹੀ ਬਰਫ ਆ। ਆ ਗਿਆ ਥੱਲੇ ਪਈ ਬਰਫ ਲੈ, ਜਿੰਨੀ ਮਰਜ਼ੀ ਖਾ, ਜਿੰਨੀ ਮਰਜ਼ੀ ਖਾ ਬਰਫ ਬਰਫ। ਟਨਲ ਆਪਾਂ ਕਰ ਲਈ ਆ ਕਰੋਸ, ਅਤੇ ਕਰੋਸ ਕਰਦੇ ਹਾਂ। ਤੁਹਾਨੂੰ ਦੱਸਿਆ ਸੀ ਵੀ ਸਵਰਗ 'ਚ ਜਾਣਾ ਹੈ, ਅਤੇ ਸਵਰਗ ਤੁਹਾਨੂੰ ਦਿਖਾਉਂਦੇ ਹਾਂ ਪਿੱਛੇ ਦੇਖੋ ਹਵਾ ਜੀ ਦਾ। ਬਚਾ ਬਚਾ ਕੇ ਹੌਲੀ ਹੌਲੀ ਤੋਰਨਾ ਪੈਣ ਦਿਆ, ਦੇਖ ਸਕਦੇ ਹਾਂ ਇੱਥੇ ਬਲੈਕ ਆਈਸ ਉਹਦੀ ਆ ਉੱਦਾਂ, ਤਾਂ ਕਰਕੇ ਪੰਜਾਬੀ ਵੱਖਰਾ ਹੀ ਚੱਲਦੇ ਆ। ਇੱਧਰ ਬਰਫ ਪਈ ਆ ਅਤੇ ਉੱਧਰ ਮੂੰਹ ਧੋਈ ਜਾਣ ਦੇ ਆ ਠੰਡੇ ਪਾਣੀ 'ਚ ਬਰਫ ਵਾਲੇ 'ਚ। ਅੱਖਾਂ ਦੇਖੋ ਕਾਲੀਆਂ ਹੋ ਗਈਆਂ ਕਿਉਂਕਿ ਘੱਟਾ ਮਿੱਟੀ ਬਹੁਤ ਆ, ਅਤੇ ਹੁਣ ਨਜ਼ਾਰੇ ਆ ਰਹੇ ਆ ਪੂਰੇ ਮੂੰਹ ਮਾਂਹ ਧੋ ਲਿਆ ਆ, ਅਤੇ ਅੱਖਾਂ ਜਿਹੜੀਆਂ ਕਾਲੀਆਂ ਹੋ ਗਈਆਂ ਉਹ ਐਨਕਾਂ ਨਾਲ ਕੋਲੀਆਂ, ਅਤੇ ਬਹੁਤ ਵਧੀਆ ਵਿਊ ਆ। ਮੁੰਡਾ ਕਹਿੰਦਾ ਰੀਲਾਂ ਮੇਰੀਆਂ ਬਣਾਓ, ਹੈ ਬਣਾ ਦਿੰਦੇ ਭਰਾਵਾ ਇਹਦੀਆਂ ਰੀਲਾਂ। ਕਹਿੰਦਾ ਸ਼ਾਹਰੁਖ ਖਾਨ ਵਾਲਾ ਕਰਨਾ ਉਹ ਪੋਚ ਜਿਹਾ, ਅਤੇ ਉਹ ਫਿਰ ਕਹਿੰਦਾ ਉਹ ਪਾਉਣਾ ਆ ਨੈੱਟ 'ਤੇ। ਉਹ ਬਰਫ ਪੈਣ ਲੱਗ ਪਈ ਆ ਉੱਧਰ, ਰਾਸਤੇ ਦਾ ਹੁਣ ਪਤਾ ਨਹੀਂ ਮਿਲਦਾ ਹੋਵੇ ਇੱਥੇ ਕਿ ਨਹੀਂ, ਅਤੇ ਕਿਉਂਕਿ ਸੀਜ਼ਨ ਆ ਮਹਿੰਗਾ ਬਹੁਤ ਮਿਲਣਾ, ਅਤੇ ਉੱਦਾਂ ਵੀ ਔਖਾ ਬਹੁਤ ਲੱਭਣਾ। ਹੁਣ ਬੈਕ ਟੂ ਪੰਜਾਬ, ਫਿਰ ਮਿਲਦੇ ਹਾਂ ਜੀ ਫਿਰ ਹੁਣ ਨੈਕਸਟ ਵਲੋਗ ਦੇ ਵਿੱਚ, ਉੱਥੇ ਜਾ ਕੇ ਵਲੋਗ ਬਣਾਵਾਂਗੇ ਹੁਣ ਸਰਹੰਦ, ਅਤੇ ਉੱਥੇ ਫਿਰ ਮੱਥਾ ਟੇਕਾਂਗੇ। ਮਿਲਦੇ ਹਾਂ ਜੀ ਨੈਕਸਟ ਵਲੋਗ ਦੇ ਵਿੱਚ।
ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਮਿਲਦੇ ਹਾਂ ਜੀ।